ਦੇਸ਼ ਦੀ ਬਿਊਟੀ ਹੈ ਕਿ ਸਾਰੇ ਧਰਮਾਂ ਦੁਨੀਆ ਦੇ ਜਿੰਨੇ ਧਰਮ ਹੈ ਲੋਕ ਸਾਰੇ ਇੱਥੇ ਰਹਿੰਦੇ ਆ, ਅਤੇ ਜਿਹੜੀ ਯੂਨਿਟੀ ਆਪਣੇ ਦੇਸ਼ ਦੀ ਸਭ ਤੋਂ ਵੱਡੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ। ਉਹ ਧਿਰਾਂ ਹੈਗੀਆਂ ਜਿਨ੍ਹਾਂ ਦਾ ਕੋਈ ਏਜੰਡਾ ਨਹੀਂ, ਕੋਈ ਕੋਈ ਬੈਕਗਰਾਊਂਡ ਨਹੀਂ, ਕੋਈ ਉਹਨਾਂ ਦਾ ਸਪੋਰਟ ਬੇਸ ਨਹੀਂ, ਅਤੇ ਤੁਸੀਂ ਦੇਖੋਗੇ ਅੱਗੇ ਤੋਂ ਲੜਾਈ ਦੋ ਧਿਰਾਂ 'ਚ ਹੀ ਰਹਿਣੀ ਹੈ। ਜ਼ਿਮਨੀ ਚੋਣ 'ਚ ਪ੍ਰਚਾਰ ਮੁਹਿੰਮ ਨੂੰ ਲੈ ਕੇ ਅੱਜ ਇੱਥੇ ਸਾਡੇ ਨਾਲ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ। ਅਸੀਂ ਅਜੀਤ ਵੈਬ ਟੀ ਵੀ 'ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸੁਖਬੀਰ ਜੀ, ਪਹਿਲਾਂ ਇਹ ਦੱਸੋ ਜਿਹੜੀ ਪਾਰਟੀ ਦੀ ਚੋਣ ਰਣਨੀਤੀ ਆ ਉਹ ਕੀ ਹੈ, ਕਿਸ ਤਰ੍ਹਾਂ ਚੱਲ ਰਿਹਾ? ਚੋਣ ਰਣਨੀਤੀ ਅਸੀਂ ਵੈਬ ਟੀ ਵੀ 'ਤੇ ਦੱਸ ਨਹੀਂ ਸਕਦੇ, ਪਰ ਸਾਡੀ ਪੂਰੀ ਲੀਡਰਸ਼ਿਪ ਪਿੰਡ ਪਿੰਡ ਬੈਠੀ ਹੈ ਐਂਡ ਵਰਕਰ ਬੜੇ ਜੋਸ਼ 'ਚ ਹੈ। ਸਾਡੇ ਉਮੀਦਵਾਰ ਦੀ ਬੜੀ ਚੰਗੀ ਰੈਪੂਟੇਸ਼ਨ ਹੈ ਅਤੇ ਲੋਕ ਉਹਨਾਂ ਨੂੰ ਲਾਈਕ ਕਰਦੇ ਅਤੇ ਕੀਤੇ ਹੋਏ ਕੰਮਾਂ ਨੂੰ ਲੋਕ ਐਪਰੀਸ਼ੀਏਟ ਕਰ ਰਹੇ ਹੈ। ਸੋ ਬੜੇ ਸਟਰੋਂਗਲੀ ਸਾਡੀ ਪੋਜੀਸ਼ਨ ਹੈ। ਜਿਹੜਾ ਅਗਲਾ ਸਵਾਲ ਹੈ ਜੀ, ਜਿੱਦਾਂ ਅਕਾਲੀ ਭਾਜਪਾ ਗੱਠਜੋੜ ਜਿਹੜਾ ਬਾਹਰਲੇ ਸੂਬੇ ਜਿੱਦਾਂ ਤਰੇੜ ਆਈ ਆ, ਉਹਦਾ ਅਸਰ ਇੱਥੋਂ ਦੀ ਜ਼ਿਮਨੀ ਚੋਣ 'ਤੇ ਵੀ ਕੋਈ ਪਊ? ਕੋਈ ਤਰੇੜ ਨਹੀਂ ਆਈ, ਬਾਹਰ ਵੀ ਨਹੀਂ ਆਈ। ਅਸੀਂ ਪਹਿਲੇ ਵੀ ਇੰਡੀਅਨ ਨੈਸ਼ਨਲ ਲੋਕਦਾਨ ਇਲੈਕਸ਼ਨ ਲੜਦੇ ਸੀ, ਕੋਈ ਗੱਲ ਨਹੀਂ ਹੈ, ਪੂਰੇ ਕੋਈ ਅਸਰ ਨਹੀਂ ਹੈ ਸਾਡੇ। ਜੁਆਇੰਟਲੀ ਅਸੀਂ ਪੰਜਾਬ 'ਚ ਲੜ ਰਹੇ ਹਾਂ ਇਲੈਕਸ਼ਨ, ਦੋ ਸੀਟਾਂ ਉਹ ਲੜ ਰਹੇ, ਦੋ ਅਸੀਂ ਚੜ੍ਹ ਰਹੇ, ਦੋਨੋਂ ਜਗ੍ਹਾ 'ਤੇ ਕੰਪੇਨ ਕਰ ਰਹੇ ਹਾਂ। ਇੱਕ ਜਿਹੜਾ ਸੰਘ ਦੇ ਮੁਖੀ ਭਗਵਤ ਉਹਨਾਂ ਦਾ ਬਿਆਨ ਆਇਆ ਵੀ ਜਿਹੜਾ ਭਾਰਤ ਆ ਉਹ ਇੱਕ ਹਿੰਦੂ ਰਾਸ਼ਟਰ ਹੈ ਜੀ, ਉਹਦੇ ਬਾਰੇ? ਸੀ, ਆਪਾਂ ਜਿਹੜਾ ਦੇਸ਼ ਹੈ ਆ ਹਿੰਦੁਸਤਾਨ ਦੇਸ਼ ਹੈ, ਸਾਰੇ ਧਰਮਾਂ ਦੇ ਲੋਕ ਰਹਿੰਦੇ ਹੈ, ਅਤੇ ਇਹਦੀ ਜਿਹੜੀ ਬਿਊਟੀ ਹੈ ਦੇਸ਼ ਦੀ ਬਿਊਟੀ ਹੈ ਕਿ ਸਾਰੇ ਧਰਮਾਂ ਦੁਨੀਆ ਦੇ ਜਿੰਨੇ ਧਰਮ ਹੈ ਲੋਕ ਸਾਰੇ ਇੱਥੇ ਰਹਿੰਦੇ ਹੈ, ਅਤੇ ਜਿਹੜੀ ਯੂਨਿਟੀ ਆਪਣੇ ਦੇਸ਼ ਦੀ ਸਭ ਤੋਂ ਵੱਡੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ। ਸੁਖਬੀਰ ਜੀ, ਇੱਕ ਹੋਰ ਹੈ, ਜਿਸ ਤਰ੍ਹਾਂ ਇਹ ਇਲੈਕਸ਼ਨ 'ਚ ਜ਼ਿਮਨੀ ਚੋਣ 'ਚ ਦੋਵੇਂ ਧਿਰਾਂ ਫਿਰ ਆਹਮੋ ਸਾਹਮਣੇ ਨੇ, ਜਿਹੜਾ ਤੀਸਰਾ ਧੜਾ ਤੀਸਰੀ ਧਿਰ ਸੀ ਉਹ ਬੈਕਫੁੱਟ 'ਤੇ ਚਲੀ ਗਈ ਆ, ਕੀ ਕਹਿਣਾ ਚਾਹੁੰਦੇ ਜੀ? ਉਹ ਪੰਜਾਬ ਦੇ ਲੋਕ ਕਲੀਅਰ ਡਿਫਾਈਨ ਕਰਦੇ ਹੁੰਦੇ ਆ, ਉਹ ਪਿਛਲੀ ਵਾਰ ਥੋੜ੍ਹਾ ਉਹਨਾਂ ਦਾ ਪੰਜਾਬ ਦੀ ਜਨਤਾ 'ਚ ਥੋੜ੍ਹਾ ਸ਼ੱਕ ਜਿਹਾ ਆ ਗਿਆ ਸੀ, ਪਰ ਉਹ ਵੀ ਕਲੀਅਰ ਹੋ ਗਿਆ ਕਿ ਜਿਹੜੀ ਦੂਜੀ ਧਿਰਾਂ ਜਿਹੜੇ ਕਿਲੇ ਅੱਜ ਸਾਰੀਆਂ ਉਹ ਧਿਰਾਂ ਹੈਗੀਆਂ ਜਿਨ੍ਹਾਂ ਦਾ ਕੋਈ ਏਜੰਡਾ ਨਹੀਂ, ਕੋਈ ਕੋਈ ਬੈਕਗਰਾਊਂਡ ਨਹੀਂ, ਕੋਈ ਉਹਨਾਂ ਦਾ ਸਪੋਰਟ ਬੇਸ ਨਹੀਂ, ਅਤੇ ਤੁਸੀਂ ਦੇਖੋਗੇ ਅੱਗੇ ਤੋਂ ਲੜਾਈ ਦੋ ਧਿਰਾਂ 'ਚ ਹੀ ਰਹਿਣੀ ਹੈ। ਚੋਣਾਂ 'ਚ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਹੋਰ ਉਹਦੇ ਬਾਰੇ? ਕੋਈ ਮਰਜ਼ੀ ਕਰਨ ਦੀ ਕੋਸ਼ਿਸ਼ ਕਰੇ, ਵਰਕਰ ਸਾਡੇ ਕਾਇਮ ਹੈ, ਤਿਆਰ ਹੈ। ਠੀਕ ਹੈ। ਦਾਖਾ ਹਲਕੇ 'ਚ ਤੁਸੀਂ ਕਿੱਦਾਂ, ਅੱਜ ਕਈ ਥਾਵਾਂ 'ਤੇ ਰੈਲੀਆਂ ਕੀਤੀਆਂ, ਕਿੱਦਾਂ ਦੀ ਪੁਜੀਸ਼ਨ ਸਮਝਦੇ ਹੋ ਜੀ? 100% ਜਿੱਤਾਂਗੇ। ਧੰਨਵਾਦ ਜੀ। ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਥਾਵਾਂ 'ਤੇ ਉਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ। ਧੰਨਵਾਦ।